ਗੋਡਿਆਂ ਦਾ ਦਰਦ ਹੋਇਆ ਜੀ ਮੋਡਿਆਂ ਦਾ ਦਰਦ ਹੋਇਆ ਜੋੜਾਂ ਦਾ ਦਰਦ ਹੋਇਆ ਹਨ ਇਹ ਆਮ ਹੀ ਨਾਰਮਲ ਚੀਜ਼ਾਂ ਅੱਜਕੱਲ ਹੋ ਗਈਆਂ ਇਹ ਬਿਮਾਰੀਆਂ ਬਹੁਤ ਛੱਲੀਆਂ ਪਈਆਂ ਨੇ ਹਰੇਕ ਪਰਿਵਾਰ ਦੇ ਵਿੱਚ ਇੱਕ ਨਾ ਇੱਕ ਅੱਦੇ ਜੀ ਨੂੰ ਜ਼ਰੂਰ ਹੋਈ ਪਈ ਹੈਗੀ ਇਹ ਉਹਦੀ ਖਾਤਰ ਆਪਾਂ ਤੁਹਾਡੇ ਵਾਸਤੇ ਬਹੁਤ ਵਧੀਆ ਆਈਟਮ ਤਿਆਰ ਕੀਤੀ ਹੈ ਜੀ ਇਹ ਜਿਹੜੀ ਕਿ ਆਪਣੇ ਘਰੇ ਹੀ ਚੀਜ਼ਾਂ ਪਈਆਂ ਨੇ ਤੇ ਬਸ ਆਪਾਂ ਨੂੰ ਇੰਨਾ ਪਤਾ ਹੋਣਾ ਚਾਹੀਦਾ ਵੀ ਆਪਾਂ ਉਹ ਖਾਣੀਆਂ ਕਿਹੜੇ ਤਰੀਕੇ ਨਾਲ ਹਨਾ ਜਿੰਨੇ ਦਿਨ ਆਪਾਂ ਇਹ ਬਣਾ ਕੇ ਖਾਣੀ ਹੈਗੀ ਆ ਉਹਨੇ ਦਿਨ ਆਪਾਂ ਦਹੀਂ ਦਾ ਪ੍ਰੇਜ ਰੱਖਣਾ ਲਸੀ ਦਾ ਥੋੜਾ ਜਿਹਾ ਪ੍ਰੇਜ ਰੱਖਿਓ ਜੀ ਇਹਦੇ ਨਾਲ ਦੁੱਧ ਪੀ ਸਕਦੇ ਹੋ ਤੁਸੀਂ ਜਿੰਨਾ ਮਰਜ਼ੀ ਪੀਓ ਦੁੱਧ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਆਪਾਂ ਤੁਹਾਡੀ ਖਾਤਰ ਇਹ ਕੀ ਤਿਆਰ ਕੀਤਾ ਹੈਗਾ ਬਹੁਤ ਵਧੀਆ ਆਈਟਮ ਹੈ ਜੀ ਇਹ ਜਿਹੜਾ ਕੀ ਆਪਾਂ ਤੁਹਾਡੀ ਖਾਤਰ ਲੈ ਕੇ ਆਏ ਆ ਉਹਦੀ ਖਾਤਰ ਆਪਾਂ ਨੂੰ ਕੀ ਚਾਹੀਦਾ ਹੈਗਾ ਕੀ ਆਪਾਂ ਬਣਾਉਣਾ ਆਪਾਂ ਤਿਆਰ ਕੀਤਾ ਹੈ ਜੀ ਸੁੰਡ ਤੁਹਾਡੀ ਖਾਤਰ ਇਹ ਜਿਹੜਾ ਕੀ ਸਰਦੀਆਂ ਵਾਸਤੇ ਬਹੁਤ ਹੀ ਰਾਮਬਾਨ ਹੈ ਤੇ ਆਪਾਂ ਉਹਦੀ ਖਾਤਰ ਕੀ ਕਰਨਾ ਇੱਕ ਚੱਕੋ ਜੀ ਪੈਨ ਲੈ ਲਿਆ ਆਪਾਂ ਪੈਨ ਦੇ ਵਿੱਚ ਆਪਾਂ ਕੀ ਕਰਨਾ ਇੱਕ ਕੜਛੀ ਜਾਨੀ ਕਿ ਛੋਟੀ ਕੌਲੀ ਘਿਓ ਦੀ ਪਾਤੀ ਠੀਕ ਹੈ ਕੌਲੀ ਦੇ ਹਿਸਾਬ ਨਾਲ ਮੈਂ ਕਿਉਂ ਮਿਣਿਆ ਸੀ ਕੌਲੀ ਦੇ ਹਿਸਾਬ ਨਾਲ ਨਹੀਂ ਮੈਂ ਸਾਰਾ ਸਮਾਨ ਮਿਣ ਰੱਖਿਆ ਜੇ ਇੱਕ ਕੌਲੀ ਘਿਓ ਦੀ ਹੈ ਤਾਂ ਇੱਕ ਕੌਲੀ ਇਹਦੇ ਵਿੱਚ ਆਟੇ ਦੀ ਪਾਊਗੀ ਪ੍ਰੋਪਰ ਮਾਤਰਾ ਦੇ ਵਿੱਚ ਜਾਣੀ ਕਿ ਇਹਦੇ 'ਚ ਕੋਈ ਵਾਧਾ ਘਾਟਾ ਨਹੀਂ ਜਿਵੇਂ ਆਪਾਂ ਪ੍ਰਸ਼ਾਦ ਦੇਖ ਬਣਾਉਨੇ ਆ ਨਾ ਬਰਾਬਰ ਮਾਤਰਾ ਦੇ ਵਿੱਚ ਓਵੇਂ ਆਪਾਂ ਇਹਨੂੰ ਬਰਾਬਰ ਮਾਤਰਾ ਦੇ ਵਿੱਚ ਬਣਾਉਣਾ ਜੇ ਤੁਸੀਂ ਮੰਨ ਲਓ ਬਾਟੀ ਘਿਓ ਦੀ ਲਈਏ ਤਾਂ ਬਾਟੀ ਆਟੇ ਦੀ ਪਊਗੀ ਵਿੱਚ ਤੇ ਉਹਨਾਂ ਹੀ ਮਿੱਠਾ ਪਊਗਾ ਤਿੰਨੇ ਚੀਜ਼ਾਂ ਆਪਾਂ ਬਰਾਬਰ ਮਾਤਰਾ ਦੇ ਵਿੱਚ ਲੈਣੀਆਂ ਨੇ ਇਹਦੇ ਵਾਸਤੇ ਤੇ ਆਪਾਂ ਇਹ ਵਧੀਆ ਸੁੰਡ ਤਿਆਰ ਕਰਕੇ ਰੱਖਣਾ ਜੀ ਅੱਗੇ ਜਦੋਂ ਠੰਡ ਤਿਆਰ ਹੁੰਦੀ ਸੀ ਨਾ ਮੇਰੇ ਦੇਖਣ ਦੀਆਂ ਗੱਲਾਂ ਹੈ ਉਦੋਂ ਸਾਡੀਆਂ ਦਾਦੀਆਂ ਨਾਨੀਆਂ ਇੱਕ ਦੂਜੀ ਨੂੰ ਪੁੱਛਦੀਆਂ ਹੁੰਦੇ ਅਸੀਂ ਤੁਸੀਂ ਸੁੰਡ ਤਿਆਰ ਕਰ ਲਈ ਤੁਸੀਂ ਸੁਣ ਜਮਾਲੀ ਕਿ ਨਹੀਂ ਜਮਾਈ ਕਿਉਂ ਚ ਤੁਸੀਂ ਉਹਦੀ ਪੰਜੀਰੀ ਬਣਾ ਲਈ ਕਿ ਨਹੀਂ ਬਣਾਈ ਉਹ ਹੁਣ ਗੱਲਾਂ ਯਾਦ ਆਉਂਦੀਆਂ ਨੇ ਤੇ ਓਵੇਂ ਆਪਾਂ ਵੀ ਬਣਾਉਣੇ ਹੁੰਨੇ ਆ ਘਰੇ ਤੇ ਬਣਾ ਕੇ ਮੈਂ ਵੀ ਸਾਰਿਆਂ ਨੂੰ ਖਵਾਉਣੀ ਹੁੰਨੀ ਐ ਆਪਾਂ ਕੀ ਕਰਨਾ ਆਪਾਂ ਇਹਨੂੰ ਹੁਣ ਆਟੇ ਨੂੰ ਲਿਆ ਭੁੰਨ ਚੰਗੀ ਤਰ੍ਹਾਂ ਭੁੰਨ ਲੋ ਤੁਸੀਂ ਵਧੀਆ ਬਣਾ ਲਓ ਇਹਨੂੰ ਜਦੋਂ ਇਹ ਲਾਲ ਹੋ ਗਿਆ ਉਦੋਂ ਇਹ ਚ ਖੁਸ਼ਬੂ ਆਉਣ ਲੱਗ ਜਾਂਦੀ ਐ ਜੀ ਤੇ ਕਿਉਂ ਛੱਡਣ ਲੱਗ ਜਾਂਦਾ ਇਹ ਜਦੋਂ ਲਾਲ ਹੋ ਜੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਇਹ ਭੁੱਜ ਗਿਆ ਹੁਣ ਆਪਾਂ ਕੀ ਕਰਨਾ 2 ਚਮਚੇ ਵੱਡੇ ਲਏ ਨੇ ਜੀ ਸੁੰਡ ਪਾਊਡਰ ਦੇ ਸੁੰਡ ਲਿਆ ਕੇ ਘਰੇ ਰਗੜ ਲਈ ਆਪਾਂ ਤੇ ਉਹਦਾ ਪਾਊਡਰ ਬਣਾ ਲਿਆ ਤੁਸੀਂ ਵੀ ਘਰੇ ਲਿਆ ਕੇ ਸੁੰਡ ਤੇ ਰਗੜ ਲਿਓ ਪਾਊਡਰ ਬਣਾ ਲਿਓ ਉਹਦਾ ਜੇ ਆਪਾਂ ਛੋਟੀ ਕੌਲੀ ਘੋੜੀ ਪਾਈ ਆ ਤਾਂ 2 ਚਮਚੇ ਸੁੰਡ ਪਾਊਡਰ ਦੇ ਪੈਣਗੇ ਜ਼ਿਆਦਾ ਨਹੀਂ ਪੈਂਦੇ ਜੀ ਫਿਰ ਇਹ ਕੌੜਾ ਜਾ ਹੋ ਜਾਂਦਾ ਹੈਗਾ ਇਹਨੂੰ ਤੁਸੀਂ ਪਾ ਕੇ ਫਟਾਫਟ ਲੋ ਹਲਾਓ ਤੇ फटाफट ਇਹਦੇ ਚ ਚੱਕ ਕੇ ਜੀ ਜਿਹੜਾ ਆਪਾਂ ਇੱਕ ਕੌਲੀ ਭਰ ਕੇ ਗੁੜ ਦੀ ਰੱਖੀ ਸੀਗੀ ਬਰੋਬਰ ਮਾਤਰਾ ਚ ਇਹਨੂੰ ਪਾ ਦਿਓ ਗੁੜ ਨੂੰ ਗੁੜ ਨੂੰ ਆਪਾਂ ਬਾਲਾ ਸੇਕ ਨਹੀਂ ਲਵਾਉਣਾ ਜੇ ਤੁਸੀਂ ਜ਼ਿਆਦਾ ਸੇਕ ਲਵਾਉਂਗੇ ਤੇ ਇਹਦੀ ਪਾਪੜੀ ਜੀ ਬਣ ਜੂਗੀ ਫਿਰ ਇਹਨੇ ਵਧੀਆ ਨਹੀਂ ਬਣਨਾ ਕੁੜੀਓ ਮੈਨੂੰ ਲਾਂਬੇ ਨਾ ਲਈ ਜਾਇਓ ਵੀ ਸਾਨੂੰ ਦੱਸਿਆ ਨਹੀਂ ਸੀਗਾ ਇਹ ਤਾਂ ਕਰੜਾ ਜਾ ਹੋ ਗਿਆ ਕੇਰਾ ਸ਼ੁਰੂ-ਸ਼ੁਰੂ ਦੇ ਵਿੱਚ ਮੈਂ ਜਦੋਂ ਛੋਟੀ ਜੀ ਹੁੰਦੀ ਸੀ ਨਾ ਮੈਂ ਵੀ ਕੇਰਾ ਇਹਨੂੰ ਬਣਾਉਣ ਲੱਗ ਗਈ ਤੇ ਮੈਂ ਤਾਂ ਜੋ ਇਹਨੂੰ ਮਸੱਦ ਮਾਰ ਲੱਗੀ ਮੈਂ ਤਾਂ ਆਂ ਜੋ ਦੋਇਦੀਆਂ ਬਣ ਗਈਆਂ ਤਾਰਾਂੀਆਂ ਜੁੜ ਗਈਆਂ ਤੇ ਬਸ ਬੁਰਾ ਹਾਲ ਹੋ ਗਿਆ ਫਿਰ ਇਹਦਾ ਆ ਦੇਖੋ ਤੁਸੀਂ ਇੱਕ ਆਪਾ ਪਾ ਲਿਆ ਜੀ ਥੋੜਾ ਜਿਹਾ ਕਾਲੀਆਂ ਮਿਰਚਾਂ ਦਾ ਪਾਊਡਰ ਤੇ ਭਾਈ ਜਦੋਂ ਉਹ ਕੀ ਹੋਇਆ ਜਦੋਂ ਸੜ ਗਿਆ ਲਾਲ ਲਾਲ ਹੋ ਗਿਆ ਤੇ ਮੇਰੀ ਨਾਨੀ ਮੈਨੂੰ ਕਹਿੰਦੀ ਇਹ ਕੀ ਕਰਤਾ ਮੈਂ ਕਹਾਂ ਨਾਨੀ ਇਹ ਵਧੀਆ ਬਣਾਤਾ ਕਹਿੰਦੀ ਐਂ ਬਣਾਈਦਾ ਹੁੰਦਾ ਤੇਰੇ ਵਾਂਗੂ ਇਹਨੂੰ ਚੱਕਦੇ ਤੇ ਸਿੱਟਦੇ ਕਹਿੰਦੀ ਹੋਰ ਬਣਾਵਾਂਗੇ ਉਹ ਹੋ ਗਿਆ ਕਰੜਾ ਉਹਦਾ ਤੋੜਿਆ ਹੀ ਨਾ ਟੁੱਟੇ ਤੇ ਤੁਸੀਂ ਵੀ ਭਾਈ ਕੁੜੀਓ ਉਹੋ ਜਿਹਾ ਨਾ ਬਣਾ ਲਿਓ ਆ ਦੇਖੋ ਤੁਸੀਂ ਇਹਨੂੰ ਚੰਗੀ ਤਰ੍ਹਾਂ ਰਲਾ ਲਓ ਰਲਾ ਕੇ ਬਸ ਇਹ ਗੈਸ ਬੰਦ ਕੀਤੀ ਹੋਈ ਹੈ ਮੇਰੀ ਤੁਸੀਂ ਐ ਨਾ ਸੋਚ ਲਿਓ ਵੀ ਆਂਟੀ ਨੇ ਚੁੱਲੇ ਤੇ ਰੱਖ ਰੱਖਿਆ ਹੈਗਾ ਤੇ ਪਤਾ ਨਹੀਂ ਤਾਈਆਂ ਮਸੱਦ ਮਾਰੀ ਜਾਂਦੀ ਹੈ ਮੇਰੀ ਗੈਸ ਬੰਦ ਕੀਤੀ ਵੀ ਆ ਕਿਉਂਕਿ ਗਰਮ ਤਾਂ ਸੀਗਾ ਹੀ ਆਟਾ ਤੇ ਗੁੜ ਨੂੰ ਇਹਨੇ ਗਰਮ ਕਰ ਦੇਣਾ ਹੈਗਾ ਜੇ ਆਪਾਂ ਗੈਸ ਚਲਾ ਕੇ ਰੱਖੀ ਤਾਂ ਗੁੜ ਨੇ ਉਹ ਚੀੜਾ ਹੋ ਜਾਣਾ ਤੇ ਫਿਰ ਇਹ ਪੱਥਰ ਵਾਂਗੂ ਬਣ ਜਾਣਾ ਹੁਣ ਇਹ ਪ੍ਰਸ਼ਾਦ ਵਾਂਗੂ ਬਣਿਆ ਵਿਆ ਹਲਵੇ ਵਾਂਗੂ ਹਨ ਇਹਨੂੰ ਤੁਸੀਂ ਕਿਸੇ ਭਾਂਡੇ 'ਚ ਕੱਢ ਲਿਓ ਵਧੀਆ ਇਹਨੂੰ ਮਤਲਬ ਕਿ ਤੁਸੀਂ ਇਹਦੀਆਂ ਪਿੰਨੀਆਂ ਵੀ ਬਣਾ ਸਕਦੇ ਹੋ ਇੱਕ ਪਿੰਨੀ ਛੋਟੀਆਂ-ਛੋਟੀਆਂ ਬਣਾਉਣੀਆਂ ਨੇ ਇੱਕ ਪਿੰਨੀ ਆਪਾਂ ਰੋਜ਼ ਦੀ ਲੈਣੀ ਹੈ ਜਾਂ ਆਪਾਂ ਮੰਨ ਲਓ ਵੀ ਤਿੰਨ-ਚਾਰ ਕ ਚਮਚੇ ਰੋਜ਼ ਦੁੱਧ ਨਾਲ ਖਾਣੇ ਨੇ ਇਹ ਆ ਜਿਹੜਾ ਪ੍ਰਸ਼ਾਦ ਜ ਬਣ ਗਿਆ ਨਾ ਇਹਦੇ ਤਿੰਨ-ਚਾਰ ਚਮਚੇ ਜਾਨੀ ਕਿ ਜਿਵੇਂ ਆਪਾਂ ਬਰਫੀ ਕੱਟਦੇ ਹੈਗੇ ਆ ਓਡਾ ਕ ਪੀਸ ਇੱਕ-ਦੋ ਪੀਸ ਹੋਣ ਰਾਤ ਨੂੰ ਦੁੱਧ ਨਾਲ ਖਾ ਲਿਆ ਕਰੋ ਤੇ ਬਹੁਤ ਵਧੀਆ ਰਿਜ਼ਲਟ ਹੈ ਦਾ ਕੁੜੀਓ ਤੁਹਾਨੂੰ ਵੀਡੀਓ ਚੰਗੀ ਲੱਗੀ ਮੇਰੀ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਬਣਾ ਕੇ ਖਵਾਓ ਬਜ਼ੁਰਗਾਂ ਨੂੰ ਬੱਚਿਆਂ ਨੂੰ ਵੀਰਾਂ ਨੂੰ ਬੱਚੇ ਖਾ ਸਕਦੇ ਆ ਥੋੜੀ ਮਾਤਰਾ ਚ ਖਾ ਸਕਦੇ ਆ ਜੀ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਭਾਈ ਤੁਹਾਨੂੰ ਚੰਗੀ ਲੱਗਦੀ ਆ ਤਾਂ ਤੇ ਵਧੀਆ ਮਿੱਠੇ ਮਿੱਠੇ ਕਮੈਂਟ ਕਰਿਆ ਕਰੋ ਤੇ ਮੈਨੂੰ ਇਹਨਾਂ ਨਾਲ ਤੁਹਾਡਾ ਪਿਆਰ ਮਿਲਦਾ ਰਹਿੰਦਾ ਕਮੈਂਟ ਦੇਖ ਕੇ ਹਨਾ ਤੇ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਅਗਲੀ ਵੀਡੀਓ ਨਾਲ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ